ਪੰਜਾਬ ਸਰਕਾਰ ਵੱਲੋਂ ਬੱਸਾਂ ਦੇ ਕਿਰਾਏ ਵਿੱਚ ਕੀਤੇ ਵਾਧੇ ਤੋਂ ਬਾਅਦ ਲੋਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਲਾਕਡਾਊਨ ਦੇ ਦੌਰਾਨ ਕੰਮਕਾਜ ਪਹਿਲਾਂ ਹੀ ਬੁਰੀ ਤਰ੍ਹਾਂ ਠੱਪ ਨੇ ਤੇ ਬੱਸਾਂ ਦੇ ਕਿਰਾਏ ਵਿੱਚ ਵਾਧਾ ਕਰਕੇ ਸਰਕਾਰ ਨੇ ਆਮ ਲੋਕਾਂ ਤੇ ਬੋਝ ਵਧਾ ਦਿੱਤਾ ਹੈ। ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਆਮ ਲੋਕ ਸਰਕਾਰ ਦੀ ਨਿਖੇਧੀ ਕਰ ਰਹੇ ਨੇ। ਪੰਜਾਬ ਸਰਕਾਰ ਨੇ ਬੱਸਾਂ ਦੇ ਕਿਰਾਏ ਵਿੱਚ 6 ਪੈਸੇ ਦਾ ਵਾਧਾ ਕੀਤਾ ਹੈ। ਇਸ ਨਾਲ ਆਮ ਬੱਸਾਂ ਵਿੱਚ ਕਿਰਾਇਆ 122 ਪੈਸੇ ਪ੍ਰਤੀ ਕਿਲੋਮੀਟਰ ਵਧਾ ਦਿੱਤਾ ਗਿਆ। ਇਸ ਤੋਂ ਇਲਾਵਾ HVAC ਬੱਸਾਂ ਦਾ ਕਿਰਾਇਆ ਪਹਿਲਾਂ ਹੀ ਆਮ ਬੱਸਾਂ ਨਾਲੋਂ 20% ਵੱਧ ਹੁੰਦਾ ਹੈ ਤੇ ਹੁਣ HVAC ਬੱਸਾਂ ਦਾ ਕਿਰਾਇਆ 146 ਪੈਸੇ ਪ੍ਰਤੀ ਕਿਲੋਮੀਟਰ ਵਧਾ ਦਿੱਤਾ ਗਿਆ। ਇਸੇ ਤਰ੍ਹਾਂ ਇੰਟੈਗਰਲ ਕੋਚ ਦਾ ਕਿਰਾਇਆ ਆਮ ਬੱਸ ਨਾਲੋਂ 80% ਵੱਧ ਹੁੰਦਾ ਹੈ ਤੇ ਹੁਣ ਇੰਟੈਗਰਲ ਕੋਚ ਦਾ ਕਿਰਾਇਆ 219 ਪੈਸੇ ਹੋਰ ਵਧਾ ਦਿੱਤਾ ਗਿਆ। ਇਸ ਦੌਰਾਨ ਸੁਪਰ ਇੰਟੈਗਰਲ ਕੋਚ ਦਾ ਕਿਰਾਇਆ 244 ਪੈਸੇ ਪ੍ਰਤੀ ਕਿਲੋਮੀਟਰ ਹੋ ਗਿਆ ਹੈ। ਬੱਸਾਂ ਵਿੱਚ ਕੈਪਟਨ ਸਰਕਾਰ ਵੱਲੋਂ ਪੂਰੀਆਂ ਸਵਾਰੀਆਂ ਬੈਠਣ ਨੂੰ ਛੋੜ ਦਿੱਤੀ ਜਾ ਚੁੱਕੀ ਹੈ ਪਰ ਬੱਸਾਂ ਨੂੰ ਸਵਾਰੀਆਂ ਨਹੀਂ ਮਿਲ ਰਹੀਆਂ। ਬੱਸਾਂ ਦੇ ਵਿੱਚ 10 ਤੋਂ 15 ਸਵਾਰੀਆਂ ਹੀ ਸਫ਼ਰ ਕਰ ਰਹੀਆਂ ਨੇ। ਉਧਰ ਬਠਿੰਡਾ ਵਿੱਚ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਤੇਲ ਦੀਆਂ ਕੀਮਤਾਂ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਦੋਵਾਂ ਨੂੰ ਘਟਾਉਣੀਆਂ ਚਾਹੀਦੀਆਂ ਨੇ। ਕੇਂਦਰ ਸਰਕਾਰ ਵੀ 10 ਰੁਪਏ ਕੀਮਤ ਘਟਾਵੇ ਤੇ 10 ਰੁਪਏ ਸੂਬਾ ਸਰਕਾਰ ਵੀ ਘੱਟ ਕਰੇ। ਬਿਊਰੋ ਰਿਪੋਰਟ, ਆਵਾਜ਼ਕਮ ਟੀਵੀ। ਟਾਪ ਦੇ ਸਰਕਾਰੀ ਸੂਤਰਾਂ ਦੇ ਮੁਤਾਬਕ ਚੀਨੀ ਫੌਜ ਨੇ ਪੂਰਬੀ ਲੱਦਾਖ ਸੈਕਟਰ ਵਿੱਚ LAC ਦੇ ਨਾਲ ਲਗਭਗ 2 ਡਿਵੀਜ਼ਨਾਂ ਵਿੱਚ ਤਾਇਨਾਤ ਕੀਤੇ ਨੇ। ਇੱਕ ਹੋਰ ਡਿਵੀਜ਼ਨ ਹੈ ਜੋ ਉੱਤਰੀ ਜਿਨਜਿਆਂਗ ਪ੍ਰਾਂਤ ਵਿੱਚ ਹੈ ਜੋ ਕਿ ਲਗਭਗ 1000 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ ਪਰ ਚੀਨੀ ਸਰਹੱਦ 'ਤੇ ਸਮਤਲ ਖੇਤਰਾਂ ਦੇ ਕਾਰਨ ਉਹਨਾਂ ਨੂੰ ਵੱਧ ਤੋਂ ਵੱਧ 48 ਘੰਟਿਆਂ ਵਿੱਚ ਸਾਡੀ ਸਰਹੱਦ ਤੱਕ ਪਹੁੰਚਣ ਲਈ ਲਾਮਬੰਦ ਕੀਤਾ ਜਾ ਸਕਦਾ ਹੈ। ਸੂਤਰਾਂ ਨੇ ਦੱਸਿਆ ਕਿ ਅਸੀਂ ਇਹਨਾਂ ਸੈਨਿਕਾਂ ਦੀ ਆਵਾਜਾਈ 'ਤੇ ਨਜ਼ਰ ਰੱਖ ਰਹੇ ਹਾਂ ਜਿਨ੍ਹਾਂ ਨੂੰ ਭਾਰਤੀ ਸਰਹੱਦ ਦੇ ਨੇੜੇ ਤਾਇਨਾਤ ਕੀਤਾ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਚੀਨ ਦੀਆਂ ਤਿੱਬਤ ਖਿੱਤੇ ਵਿੱਚ ਆਮ ਤੌਰ 'ਤੇ 2 ਡਿਵੀਜ਼ਨਾਂ ਹੁੰਦੇ ਹਨ ਪਰ ਇਸ ਵਾਰ ਉਹਨਾਂ ਨੇ 2000 ਕਿਲੋਮੀਟਰ ਦੂਰ ਭਾਰਤੀ ਚੌਂਕੀਆਂ ਦੇ ਵਿਰੁੱਧ 2 ਹੋਰ ਡਿਵੀਜ਼ਨਾਂ ਤਾਇਨਾਤ ਕੀਤੀਆਂ ਨੇ। ਸਥਿਤੀ ਨੂੰ ਦੇਖਦੇ ਹੋਏ ਭਾਰਤ ਨੇ ਪੂਰਬੀ ਲੱਦਾਖ ਖੇਤਰ ਦੇ ਆਸ ਪਾਸ ਸਥਾਨਾਂ ਤੋਂ ਘੱਟੋ ਘੱਟ ਡਿਵੀਜ਼ਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਵਿੱਚ ਇੱਕ ਰਾਖਵੀਂ ਮਾਊਂਟ ਡਿਵੀਜ਼ਨ ਵੀ ਸ਼ਾਮਲ ਹੈ ਜੋ ਪੂਰਬੀ ਲੱਦਾਖ ਖੇਤਰ ਵਿੱਚ ਹਰ ਸਾਲ ਪੂਰਬੀ ਲੱਦਾਖ ਖੇਤਰ ਦੀ ਲੜਾਈ ਦਾ ਅਭਿਆਸ ਕਰਦੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸੈਨਿਕ ਅਤੇ ਕੂਟਨੀਤਿਕ ਪੱਧਰ 'ਤੇ ਚੀਨ ਨਾਲ ਗੱਲਬਾਤ ਦੇ ਬਾਵਜੂਦ ਅਜਿਹਾ ਜਾਪਦਾ ਹੈ ਕਿ ਸੰਕਟ ਨੂੰ ਸੁਲਝਾਉਣ ਲਈ ਬਹੁਤ ਸਮਾਂ ਲੱਗੇਗਾ। ਭਾਰਤ ਵੀ ਇਸ ਲਈ ਆਪਣੇ ਆਪ ਨੂੰ ਤਿਆਰ ਕਰ ਰਿਹਾ ਹੈ। ਉਹ ਦੇਸ਼ਾਂ ਦੀ ਸਰਹੱਦ ਦੇ ਨਾਲ ਤਾਇਨਾਤ ਸਤੰਬਰ ਤੱਕ ਜਾਰੀ ਰਹਿਣ ਦੀ ਉਮੀਦ ਰਹੇਗੀ। ਬਿਊਰੋ ਰਿਪੋਰਟ, ਆਵਾਜ਼ਕਮ ਟੀਵੀ।